ਸ਼ਾਜੀ ਸਾਡੇ ਨਾਲ ਹੈ। ਸ਼ਾਜੀ ਤੁਸੀਂ ਦੱਸੋ ਕਿ ਤੁਹਾਨੂੰ ਸ਼ਵਾਰਮਾ ਸਿਟੀ ਦਾ ਜਿਹੜਾ ਸ਼ਵਾਰਮਾ ਵਾ ਉਹਦਾ ਟੇਸਟ ਕੈਸਾ ਲੱਗਾ? ਨੌਵੀਂ ਮੈਂ ਇੱਥੇ ਖਾਣਾ, ਇੱਥੇ ਹੋਰ ਵੀ ਸ਼ਵਾਰਮਾ ਦੀ ਸ਼ੋਪ ਹੈ, ਨੌਵੀਂ ਅੱਛਾ ਹੁੰਦਾ ਸਹੀ, ਬਸ ਕਦੀ ਕਦੀ ਚਿੱਲੀ ਉੱਤੇ ਥੱਲੇ ਗਾੜ ਦੇਣੇ ਸੋਸ। ਅੱਜ ਟੇਸਟ ਕਰੋ ਤੇ ਦੱਸੋ ਕਿ ਵੈਸੇ ਮੇਰਾ ਫੇਵਰੇਟ ਹੈ ਲੈਮ ਪਸੰਦ ਕਰਨਾ, ਮੈਂ ਲੈਮ ਫਰਾਈ ਚਿਕਨ ਫਿਨਿਸ਼ ਲੈਮ ਅੱਜ ਫਿਨਿਸ਼ ਹੋ ਗਿਆ ਤੇ ਚਿਕਨ ਨਾਲ ਫਰਾਈ ਕਰ ਲਈ ਖਾਲੀ ਨਹੀਂ ਫਰਾਈ ਕਰਨੀ। ਪ੍ਰਾਈਸ ਵਾਈਜ਼ ਠੀਕ ਹੈ? ਅੱਛਾ, ਲੰਡਨ ਦੀ ਪਾਸੇ ਯਾਨੀ ਕਿ 8 ਪੌਂਡ ਦੇ ਵਿੱਚ ਸਾਨੂੰ ਉਹਨਾਂ ਨੇ ਦੋ ਸ਼ਵਾਰਮੇ ਅਤੇ ਨਾਲ ਹੈ ਪਾਣੀ ਦੀਆਂ ਬੋਤਲਾਂ ਦੋ, ਪਾਣੀ ਠੀਕ ਹੈ, ਇਹ ਨਾਲ ਲੱਸੀ ਬਣ ਰਹੀ ਹੈ, ਇਹ ਲੱਸੀ ਬਣ ਰਹੀ ਹੈ ਜੀ, ਉੱਪਰ ਫਰੈਸ਼ ਲੱਸੀ ਬਣਾ ਰਹੇ ਹਾਂ ਤਾਜ਼ੀ ਤਾਜ਼ੀ, ਅਸੀਂ ਹੁਣ ਖਾਂਦੇ ਹਾਂ ਅਤੇ ਫਿਰ ਬਾਕੀ ਗੱਲ ਤੁਹਾਨੂੰ ਦੱਸਦੇ ਹਾਂ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ ਜੀ ਨਾਜ਼ਰੀਨ, ਅਸੀਂ ਅੱਜ ਆਏ ਹਾਂ ਜੀ ਸਟੋਕਟਨ ਟਾਊਨ ਦੇ ਵਿੱਚ, ਅਤੇ ਸਾਡੇ ਇਸ ਸਾਈਡ ਦੇ ਉੱਤੇ ਹੈ ਜੀ ਸ਼ਵਾਰਮਾ ਸਿਟੀ, ਇਹ ਬਹੁਤ ਫੇਮਸ ਹੈ ਇਸ ਏਰੀਏ ਦੇ ਵਿੱਚ, ਇਰਾਕੀ ਕੁਰਦਿਸ਼ ਲੋਕ ਹੈ ਜਿਹਨੇ ਬਿਜ਼ਨਸ ਓਨ ਕਰ ਰਹੇ ਆ, ਅਤੇ ਇਹਨਾਂ ਦੇ ਕੋਲ ਲੈਮ ਅਤੇ ਚਿਕਨ ਸ਼ਵਾਰਮਾ ਹੁੰਦਾ ਵਾ। ਅਸੀਂ ਅੰਦਰ ਆਉਂਦੇ ਹਾਂ, ਦੇਖਦੇ ਹਾਂ ਕਿ ਇਹਨਾਂ ਦੇ ਕੋਲ ਅੱਜ ਕੀ ਆ, ਅਤੇ ਟੇਸਟ ਕਰਦੇ ਹਾਂ, ਨਾਲੇ ਤੁਹਾਨੂੰ ਪ੍ਰਾਈਸ ਸ਼ੇਅਰ ਕਰਦੇ ਹਾਂ ਕਿ ਕਿਹੋ ਜਿਹਾ ਫੂਡ ਹੈ ਸੇਲ ਕਰਦੇ ਹਾਂ। ਜਲਦੀ ਮੁੱਕ ਜਾਂਦਾ ਸੇਲ ਚਿਕਨ ਹੀ ਹੈ, ਚਿਕਨ ਹੀ ਬਸ ਇੱਕ ਹੀ ਸਾਈਜ਼ ਹੈ, ਇੱਕ ਹੀ ਸਾਈਜ਼ ਹੈ। Next please. Thank you. You can say two to show on the chips. Thank you very much. Thank you. ਅਸੀਂ ਜੀ ਦੋ ਚਿਕਨ ਸ਼ਵਾਰਮੇ ਔਡਰ ਕੀਤੇ ਆ, ਟੀਟਿਨ ਹੈ ਨਾਲ ਦੋ ਬੋਟਲ ਆਫ ਵਾਟਰ ਹੈ, ਇਹਨਾਂ ਨੇ ਚਾਰਜ ਕੀਤੇ ਆ ਸਾਨੂੰ 8 ਪਾਉਂਡ, ਬਹੁਤ ਹੀ ਮੁਨਾਸਬ ਪ੍ਰਾਈਸ ਹੈ। ਅਤੇ ਬਾਕੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਫੂਡ ਕੈਸਾ ਵਾ, ਕੀ ਪ੍ਰੀਜੈਂਟੇਸ਼ਨ ਹੈ, ਬਾਕੀ ਫਿਰ ਤੁਹਾਨੂੰ ਦੱਸਦੇ ਹਾਂ। ਨਾਨ ਸ਼ੈਫ ਹੈ, ਕਾਫੀ ਕਿਉਂ ਸਾਰਾ ਤੁਸ਼ਤ ਕਬਜ਼ਿਆ ਹੋਇਆ।
ਜੀ ਨਾਜ਼ਰੀਨ, ਅਸੀਂ ਇਹ ਦੋ ਸ਼ਵਾਰਮੇ ਔਡਰ ਕੀਤੇ ਗਾਰਲਿਕ ਚਿੱਲੀ ਦੇ ਨਾਲ, ਅਤੇ ਚੈੱਕ ਕਰੋ, ਲੁੱਕ ਵਾਈਜ਼ ਤਾਂ ਬਹੁਤ ਸੈਕਸੀ ਲੱਗ ਰਹੇ ਆ, ਡਿਲੀਸ਼ੀਅਸ ਲੱਗ ਰਹੇ ਆ। ਇਹਦੇ 'ਚ ਹੈ ਜੀ, ਉਹਨਾਂ ਨੇ ਸੈਲਡ ਪਾਇਆ, ਆਲ ਸੈਲਡ ਹੈ ਜਿਹਦੇ 'ਚ ਅਨੀਅਨ ਹੈ, ਲੈਸ ਹੈ, ਟਮੈਟੋ, ਜੈਲੋਪੀਨੋ ਪੈਪਰ ਅਤੇ ਕੈਬੇਜ, ਉੱਤੇ ਨਾਲ ਉਹਨਾਂ ਨੇ ਚਿੱਲੀ ਅਤੇ ਗਾਰਲਿਕ ਪਾਈ ਹੈ। ਬਿਸਮਿਲਲਾ ਕਰਦੇ ਹਾਂ, ਦੇਖਦੇ ਹਾਂ ਟੇਸਟ ਕੈਸਾ। ਬਿਸਮਿਲਲਾ ਰਹਿਮਾਨ ਰਹੀਮ। ਥੋੜ੍ਹਾ ਜਿਹਾ ਸਾਵਰ ਹੈ, ਸੋਫਟ ਹੈ, ਫਰੈਸ਼ ਹੈ, ਕਿਉਂਕਿ ਸਟੋਕਟਨ ਟਾਊਨ ਦੀ ਸਾਰਿਆਂ ਤੋਂ ਬਿਜ਼ੀ ਸ਼ੌਪ ਹੈ। ਹਾਂਜੀ, ਇਹ ਖਾਣਾ ਛਾਣਾ ਖਾਧਾ ਵਾ, ਸ਼ਵਾਰਮਾ ਇਹਨਾਂ ਦਾ ਫਰੈਸ਼ ਸੀ ਬਿਲਕੁਲ। ਥੋੜ੍ਹਾ ਜਿਹਾ ਇਹ ਸਾਵਰ ਬਣਾਉਂਦੇ ਆ, ਇਹਨਾਂ ਦੀ ਚਿੱਲੀ ਸੌਸ ਅਤੇ ਸੈਲਡ ਜਿਹੜਾ ਵਾ ਉਹਦੇ 'ਚ ਟਾਟਰੀ ਪਾਉਂਦੇ ਆ, ਅਤੇ ਪਾਕਿਸਤਾਨੀ ਸਟਾਈਲ ਦੇ ਹਿਸਾਬ ਦੇ ਨਾਲ ਥੋੜ੍ਹਾ ਜਿਹਾ ਸਾਵਰ ਹੈ, ਤੁਰਸ਼ ਹੈ, ਲੇਕਿਨ ਓਬੀਅਸਲੀ ਇਹ ਸਾਡਾ ਫੂਡ ਨਹੀਂ ਹੋ, ਅਤੇ ਜੋ ਵੀ ਉਹਨਾਂ ਦੀ ਰੈਸਿਪੀ ਆ ਅਸੀਂ ਉਹਨੂੰ ਫੋਲੋ ਕਰਦੇ ਹਾਂ। ਫਰੈਸ਼ ਸੀ ਬਿਲਕੁਲ ਸਮਾਨ ਸਾਰਾ। ਇਹ ਇਸ ਟਾਈਮ ਸਟੋਕਟਨ ਦੀ ਸਾਰਿਆਂ ਤੋਂ ਬਿਜ਼ੀ ਸ਼ੌਪ ਹੈ, ਇੱਥੇ ਤਕਰੀਬਨ ਇਹ ਮੇਰਾ ਖਿਆਲ ਹੈ, ਉਹ ਤਾਂ ਨਹੀਂ ਦੱਸਦੇ, ਲੇਕਿਨ ਅੰਦਾਜ਼ਾ ਕਿ ਤਕਰੀਬਨ ਕੋਈ 60-70 ਕੇਜੀ ਜਿਹੜਾ ਨਾ ਸ਼ਵਾਰਮਾ ਇਹਨਾਂ ਦੇ ਕੋਲ ਹੁੰਦਾ ਵਾ, ਜਿਹੜਾ ਚਿਕਨ ਦਾ। ਅਤੇ ਉਸ ਤੋਂ ਬਾਅਦ ਦੇ ਵਿੱਚ ਲੈਮ ਦਾ ਵੀ ਲਾਉਂਦੇ ਆ, ਲੈਮ ਦਾ ਇਹ ਲਾਉਂਦੇ ਆ ਤਕਰੀਬਨ ਕੋਈ 20-25 ਕਿਲੋ ਲਾਉਂਦੇ ਆ ਲੈਮ ਦਾ, ਔਰ ਉਹ ਤਕਰੀਬਨ 3-4 ਘੰਟਿਆਂ 'ਚ ਖਤਮ ਹੋ ਜਾਂਦਾ। ਇਹਨਾਂ ਦਾ ਕਲੋਜ਼ਿੰਗ ਟਾਈਮ ਹੈ ਤਕਰੀਬਨ 8 ਵਜੇ, 8 ਵਜੇ ਇਹ ਦੁਕਾਨ ਬੰਦ ਕਰ ਦਿੰਦੇ ਆ। ਸੁਬਹ ਤਕਰੀਬਨ ਇਹ 10-11 ਵਜੇ ਦੁਕਾਨ ਖੋਲ੍ਹਦੇ ਆ ਅਤੇ ਡਿਲੀਵਰੀ ਨਹੀਂ ਕਰਦੇ। ਇਹ ਸੀ ਜੀ ਅੱਜ ਦੀ ਸ਼ਵਾਰਮਾ ਸਿਟੀ ਦੀ ਵੀਡੀਓ, ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੋਏ ਹਾਂ, ਅਤੇ ਇਨਸ਼ਾਅੱਲਾ ਉਮੀਦ ਕਰਦੇ ਹਾਂ ਕਿ ਅਸੀਂ ਜਲਦ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਬਹੁਤ ਸਾਰਾ ਖਿਆਲ ਰੱਖੋ ਆਪਣਾ। ਅਸਲਾਮ ਵਾਲੇਕੁਮ।